बिस्मिल्लाहिर्रहमानिर्रहीम। अस्सलाम वालेकुम दोस्तों, मैं थोड़ा दोस्त नुमान खलक, तुसी देख रहे हो नौमी चौधरी व्लॉग। उम्मीद है सब दोस्त खैरियत नाल होंगे। दोस्तों असी मौजूद हाँ बुल्ले शाह खरीदारी सेंटर राजनपुर। अज की वीडियो दोस्तों थानू असी दसांगे कि गंदम दे भूसे महफूज किस तरह किया जाता वा, जिहड़े लोग गंदम दे स्टाक लगाते या करना चाह रहे आ स्टाक, उन्होंने तरीकाकार का नहीं पता। अज की वीडियो दे विच थानू इंशाल्लाह डिटेल दे विच असी दसांगे कि तुरी नूं किस तरह महफूज किया जाता वा। दोस्तों लेबर की पहले गल कर लेंदे आ, गंदम का स्टाक लगाने वास्ते लोकल लेबर घट ही लभदियां ने पंजाब विच। स्पैशल लेबर होंदियां ने जिहड़ा गंदम का स्टाक लगाने वास्ते सिंध चों आउंदियां ने। सिंध दियां लेबर आ के इत्थे पंजाब दे विच स्टाक लगाउंदियां ने। जदों तुरी का स्टाक शुरू किया जाता वा, पहले 1000-2000 मन माल मंगवा लेंदे आ, उस तो बाद लेबर नूं सादे हाँ ताकि लेबर आंदे ही काम शुरू कर देवे, नाल नाल थोड़ी खरीदारी चलती रहती है तो लेबर का भी काम स्टार्ट हो जाता वा। तुरी नूं तुसीं बैड बना देंदे हो, मतलब बाकट वगैरह के नाल जां फट्टे वगैरह के नाल इहनूं इकट्ठा कर देंदे हो। इहदे उत्ते फिर लेबर पन्ना दे नाल माल नूं चक चक के लै के जाती आ, फिर इस तरह स्टैक लगा देंदी आ जिस तरह तुहानूं नज़र आ रहा वा। इह स्टैक मुकम्मल होण तों बाद इहदी लपाई दा काम शुरू हो जांदा वा। जे लेबर ज़्यादा तादाद दे विच होवे ते लपाई भी अक्सर लोग नाल नाल शुरू करवा देंदे आ। फर्ज़ कीता वी 22 बंदे लेबर दे विच होण, 10-12 बंदे घर बनाते रहते हैं तो 10-12 बंदे पिछों लपाई शुरू कर देंगे आ, सिंगल लेपा नाल नाल करते आते। लपाई वास्ते पानी ते मिट्टी तूड़ी ये तीन चीज़ा चाहिए होंदिया ने। अगर तो रेत वाला रकबा वा अक्स जिदा लिया पखर रेतले इलाके ने, उत्थे मिट्टी बाहरों मंगवानी पैंदी आ, पक्की मिट्टी इस्तेमाल हुंदी आ गारे वास्ते। ये जिहड़े स्टाक लग रहे ने बुल्ले शाह दे स्टाक आ राजनपुर दे विच लग रहे आ, इत्थे रकबा पक्का वा। इत्थे फिर मिट्टी की जरूरत नहीं सी, इत्थे धर दे आसे पासे हल मरवाते सीगे। मिट्टी का बंदोबस्त करन तो बाद फिर पानी की जरूरत हुंदी आ। ਅਤੇ ਬੁੱਲੇ ਸ਼ਾਹ ਦਾ ਵੀ ਇੱਕ ਰਕਬਾ ਵਾ, ਇਹਦੇ ਵਿੱਚ ਬੋਰ ਸੀਗਾ ਤਾਂ ਅਸੀਂ ਸਾਨੂੰ ਪਾਣੀ ਦਾ ਮਸਲਾ ਨਹੀਂ ਬਣਿਆ ਹੈਗਾ। ਅਕਸਰ ਇਲਾਕਿਆਂ ਦੇ ਵਿੱਚ ਜਿੱਥੇ ਸਟਾਕ ਲੋਕ ਕਰ ਰਹੇ ਹੁੰਦੇ ਆ ਉੱਥੇ ਫਿਰ ਆਪਣਾ ਬੋਰ ਕਰਵਾਉਣਾ ਪੈਂਦਾ ਵਾ ਜਾਂ ਆਸਿਓਂ ਪਾਸਿਓਂ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਵਾ। ਪਾਣੀ ਦੇ ਇੰਤਜ਼ਾਮ ਕਰਨ ਤੋਂ ਬਾਅਦ ਪਾਣੀ ਇਸ ਤਰ੍ਹਾਂ ਛੱਡ ਦਿੱਤਾ ਜਾਂਦਾ ਵਾ ਮਿੱਟੀ ਦੇ ਵਿੱਚ, ਤਾਂ ਕਿ ਪਾਣੀ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਮਿਕਸ ਹੋ ਜਾਵੇ ਅਤੇ ਗਾਰਾ ਬਣ ਜਾਵੇ। ਬਿਲਕੁਲ ਗਾਰੇ ਨੂੰ ਪਤਲਾ ਕਰਨਾ ਪੈਂਦਾ ਵਾ ਸਿੰਗਲ ਲਪਾਈ ਵਾਸਤੇ। ਜਦੋਂ ਗਾਰਾ ਤਿਆਰ ਹੋ ਜਾਂਦਾ ਵਾ, ਬਿਲਕੁਲ ਲਪਾਈ ਵਾਸਤੇ ਤਿਆਰ ਹੋ ਜਾਂਦਾ ਵਾ, ਉਸ ਤੋਂ ਬਾਅਦ ਸੀੜੀਆਂ ਦਾ ਬੰਦੋਬਸਤ ਕਰਕੇ ਦੇਣਾ ਪੈਂਦਾ ਲੇਬਰ ਨੂੰ ਧੜ ਦੇ ਉੱਤੇ ਚੜ੍ਹਨ ਵਾਸਤੇ, ਕਿਉਂਕਿ ਵੈਸੇ ਧੜ ਦੇ ਉੱਤੇ ਚੜ੍ਹਨਗੇ ਅਤੇ ਇਹਨਾਂ ਦੇ ਪੈਰ ਖੁੱਭ ਜਾਂਦੇ ਆ। ਸੀੜੀਆਂ ਧੜ ਦੇ ਨਾਲ ਲਾ ਦਿੰਦੇ ਆ, ਹਰ ਬੰਦਾ ਸੀੜੀ ਦੇ ਇੱਕ ਸਟੈਪ 'ਤੇ ਖੜ੍ਹਾ ਹੁੰਦਾ ਵਾ, ਫਿਰ ਤਗਾੜੀਆਂ ਦੇ ਜ਼ਰੀਏ ਗਾਰੇ ਨੂੰ ਉੱਤੇ ਪਹੁੰਚਾਇਆ ਜਾਂਦਾ ਵਾ। ਇੱਕ ਬੰਦਾ ਤੂੜੀ ਦੇ ਉੱਤੇ ਗਾਰਾ ਸੁੱਟਦਾ ਜਾਂਦਾ ਵਾ ਅਤੇ ਇੱਕ ਨਾਲ ਮਿਸਤਰੀ ਖੜ੍ਹਾ ਹੁੰਦਾ ਵਾ, ਮਿਸਤਰੀ ਗਰਮਾਲੇ ਦੇ ਜ਼ਰੀਏ ਗਾਰੇ ਨੂੰ ਪਲੇਨ ਕਰਦਾ ਆਉਂਦਾ ਵਾ। ਜਿੱਥੇ ਸਿਰੀ ਲਗਾਈ ਜਾਂਦੀ ਆ ਦੋਸਤੋ, ਉਸ ਤੋਂ 2.5 ਜਾਂ 3 ਫੁੱਟ ਤੱਕ ਇਹ ਮਾਲ ਨੂੰ ਕਵਰ ਕਰਦੇ ਆਉਂਦੇ ਆ, ਕਿਉਂਕਿ 3 ਫੁੱਟ ਤੱਕ ਹੀ ਹੱਥ ਜਾਂਦਾ ਵਾ ਸਿਰੀ ਦੇ ਉੱਤੇ ਖੜ੍ਹੇ ਹੋ ਕੇ। 2.5 ਜਾਂ 3 ਫੁੱਟ ਤੱਕ ਗਾਰਾ ਦੀ ਲਪਾਈ ਹੈ ਥੱਲੇ ਤੱਕ ਕਰਦੇ ਆਉਂਦੇ ਆ। ਇਹ ਵੀਡੀਓ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਰਿਹਾ ਵਾ ਇਸ ਤਰ੍ਹਾਂ ਇਹਦੀ ਲਪਾਈ ਇਹ ਕਰਦੇ ਆ। ਦੋਸਤੋ ਜਦੋਂ ਇੰਨਾ ਹਿੱਸਾ ਕੰਪਲੀਟ ਹੋ ਜਾਂਦਾ ਵਾ, ਉਸ ਤੋਂ ਬਾਅਦ ਇਹ ਸੀਰੀ ਨੂੰ ਅੱਗੇ ਮੂਵ ਕਰ ਲੈਂਦੇ ਆ ਅਤੇ ਫਿਰ 3-3.5 ਫੁੱਟ ਦਾ ਹਿੱਸਾ ਜਿਹੜਾ ਵਾ ਉਹ ਲਪਾਈ ਕਰਦੇ ਆ। ਇਸ ਤਰ੍ਹਾਂ ਸਟੈਪ ਬਾਈ ਸਟੈਪ ਇਹ ਧੜ ਅੱਗੇ ਤੁਰਦੀ ਜਾਂਦੀ ਆ, ਲਪਾਈ ਹੁੰਦੀ ਰਹਿੰਦੀ ਆ। ਜਦੋਂ ਇਹ ਮੁਕੰਮਲ ਧੜ ਦੀ ਲਪਾਈ ਹੋ ਜਾਂਦੀ ਆ,
ਇਹ ਦੋਸਤ ਤਕਰੀਬਨ ਇੱਕ ਧੜ ਤੇ 3-4 ਦਿਨ ਲੱਗ ਜਾਂਦੇ ਆ ਲਪਾਈ ਹੁੰਦੇ ਹੁੰਦੇ, ਜੇ ਧੜ ਤਿਆਰ ਹੋਵੇ ਤੇ ਤਾਂ ਵੀ 3-4 ਦਿਨ ਲਪਾਈ ਤੇ ਲੱਗ ਜਾਂਦੇ ਆ ਸਿੰਗਲ ਲਪਾਈ ਤੇ। ਤੇ ਜਦੋਂ ਧੜ ਮੁਕੰਮਲ ਹੋ ਜਾਂਦੀ ਆ, ਸਿੰਗਲ ਲਪਾਈ ਹੋ ਜਾਂਦੀ ਆ, ਤੇ ਜਿੱਥੋਂ ਇਹਨਾਂ ਨੇ ਸ਼ੁਰੂ ਕੀਤਾ ਹੁੰਦਾ ਵਾ ਉਥੋਂ ਜਗ੍ਹਾ ਸੁੱਕ ਜਾਂਦੀ ਆ, ਉਸ ਤੋਂ ਬਾਅਦ ਇਹ ਡਬਲ ਲੇਪਾ ਸ਼ੁਰੂ ਕਰ ਦਿੰਦੇ ਆ। ਡਬਲ ਲੇਪਾ ਦੋਸਤੋ 2-2.5 ਇੰਚ ਮੋਟਾ ਰੱਖ ਕੇ ਕਰਨਾ ਪੈਂਦਾ ਵਾ। ਸਿੰਗਲ ਲੇਪੇ ਦੀ ਖੈਰ ਹੁੰਦੀ ਆ, ਸਿੰਗਲ ਲੇਪੇ ਦੇ ਵਿੱਚ ਬਸ ਤੂੜੀ ਕਵਰ ਹੋ ਜਾਵੇ ਗਾਰੇ ਦੇ ਨਾਲ, ਇਹ ਬਹੁਤ ਹੁੰਦਾ ਵਾ। ਜਦੋਂ ਦੂਸਰਾ ਲੇਪਾ ਡਬਲ ਲੇਪਾ ਕਰਨਾ ਵਾ, ਉਦੋਂ 2.5-3 ਇੰਚ ਗਾਰੇ ਨੂੰ ਗਾੜਾ ਕਰਕੇ ਲਗਾਉਣਾ ਪੈਂਦਾ ਵਾ, ਤਾਂ ਕਿ ਬਾਰਿਸ਼ਾਂ ਵਗੈਰਾ ਦੇ ਨਾਲ ਧੜ ਦੇ ਉੱਤੇ ਕੋਈ ਅਸਰ ਨਾ ਹੋਵੇ, ਬਾਰਿਸ਼ਾਂ ਦਾ ਪਾਣੀ ਧੜ ਦੇ ਅੰਦਰ ਨਾ ਜਾਵੇ। ਜਦੋਂ ਸਿੰਗਲ ਲਪਾਈ ਹੋ ਰਹੀ ਹੁੰਦੀ ਆ ਉਦੋਂ ਅਸੀਂ ਲੇਬਰ ਨੂੰ ਬਾਰ ਬਾਰ ਚੈੱਕ ਨਹੀਂ ਕਰ ਰਹੇ ਹੁੰਦੇ, ਜਦੋਂ ਡਬਲ ਲੇਪਾ ਹੋ ਰਿਹਾ ਹੁੰਦਾ ਵਾ ਉਦੋਂ ਅਸੀਂ ਸਟੈਪ ਬਾਈ ਸਟੈਪ ਗਾਰੇ ਨੂੰ ਮੁਖਤਲਿਫ ਜਗ੍ਹਾ ਤੋਂ ਚੈੱਕ ਕਰ ਰਹੇ ਹੁੰਦੇ ਹਾਂ ਕਿ ਗਾਰਾ ਮੋਟਾ ਲੱਗ ਰਿਹਾ ਵਾ ਕਿ ਨਹੀਂ। ਜੇ ਕਿਤੇ ਗਾਰਾ ਪਤਲਾ ਲੱਗ ਰਿਹਾ ਹੋਵੇ ਤਾਂ ਲੇਬਰ ਨੂੰ ਕਹਿ ਕੇ ਉੱਥੇ ਗਾਰਾ ਦੁਬਾਰਾ ਲਗਵਾਉਂਦੇ ਹਾਂ। ਗਾਰੇ ਨੂੰ 2.5-3 ਇੰਚ ਮੋਟਾ ਰੱਖ ਕੇ ਲਗਾਉਂਦੇ ਹਾਂ, ਤਾਂ ਹੀ ਤੂੜੀ ਅੱਛੀ ਤਰ੍ਹਾਂ ਮਹਿਫੂਜ਼ ਹੁੰਦੀ ਆ। ਜੇ ਦੋਸਤੋ ਲਪਾਈ ਅੱਛੀ ਨਾ ਹੋਈ ਹੋਵੇ, ਬਾਰਿਸ਼ਾਂ ਦਾ ਪਾਣੀ ਧੜ ਦੇ ਅੰਦਰ ਚਲ ਜਾਂਦਾ ਵਾ, ਜਦੋਂ ਬਾਰਿਸ਼ਾਂ ਦਾ ਪਾਣੀ ਧੜ ਦੇ ਅੰਦਰ ਚਲ ਜਾਵੇ ਤਾਂ ਅੰਦਰ ਅਕਸਰ ਕੇਸ ਆਏ ਆ ਕਿ ਧੜ ਅੰਦਰੋਂ ਹੀਟ ਹੋ ਜਾਂਦੀ ਆ, ਤੂੜੀ ਅੰਦਰੋਂ ਕਾਲੀ ਹੋ ਜਾਂਦੀ ਆ, ਅਕਸਰ ਜਗ੍ਹਾ 'ਤੇ ਅੱਗ ਵੀ ਲੱਗ ਜਾਂਦੀ ਆ, ਕਿਉਂਕਿ ਧੜ ਚਾਰੋਂ ਤਰਫੋਂ ਬੰਦ ਹੁੰਦੀ ਆ ਲੇਪੇ ਦੇ ਨਾਲ, ਅਤੇ ਗੈਸ ਅੰਦਰ ਜਮ੍ਹਾਂ ਹੁੰਦੀ ਰਹਿੰਦੀ ਆ। ਜਦੋਂ ਬਾਰਿਸ਼ ਦਾ ਪਾਣੀ ਅੰਦਰ ਚਲ ਜਾਂਦਾ ਵਾ, ਅੰਦਰ ਗੈਸ ਦੀ ਵਜ੍ਹਾ ਤੋਂ ਕਾਫੀ ਜ਼ਿਆਦਾ ਹੀਟ ਹੋ ਜਾਂਦੀ ਆ, ਹੀਟ ਫਿਰ ਪੂਰੀ ਧੜ ਦੇ ਵਿੱਚ ਫੈਲਦੀ ਜਾਂਦੀ ਆ, ਜਿਹਦੀ ਵਜ੍ਹਾ ਤੋਂ ਅੰਦਰੋਂ ਸਾਰਾ ਮਾਲ ਖਰਾਬ ਹੋ ਜਾਂਦਾ ਵਾ, ਕਾਲਾ ਹੋ ਜਾਂਦਾ ਵਾ। ਜਦੋਂ ਇਹਦੀ ਲਪਾਈ ਸ਼ੁਰੂ ਕਰਦੇ ਹਾਂ ਉਦੋਂ ਅਸੀਂ ਮੁਖਤਲਫ ਜਗ੍ਹਾ 'ਤੇ 10-10 ਫੁੱਟ ਦੇ 4 ਇੰਚ ਦੇ ਪਲਾਸਟਿਕ ਦੇ ਜਿਹੜੇ ਪੈਪ ਹੁੰਦੇ ਆ ਪਾਣੀ ਵਾਲੇ ਜਾਂ ਸੈਵਰੇਜ ਵਾਲੇ, ਇਹ ਅਸੀਂ ਧੜ ਦੇ ਵਿੱਚ ਲਗਾ ਦਿੰਦੇ ਹਾਂ ਮੁਖਤਲਫ ਜਗ੍ਹਾ 'ਤੇ, ਉਹਦੇ ਜ਼ਰੀਏ ਵੀ ਗੈਸ ਬਾਹਰ ਆ ਜਾਂਦੀ ਆ, ਇਹ ਆਪਣੀ ਸੇਫਟੀ ਵਾਸਤੇ ਅਸੀਂ ਲਗਾਉਂਦੇ ਹੁੰਦੇ ਹਾਂ। ਡਬਲ ਲੇਪਾ ਜਦੋਂ ਫਿਰ ਹੋ ਜਾਂਦਾ ਵਾ ਦੋਸਤੋ, ਧੜ ਤੁਹਾਡੀ ਮਹਿਫੂਜ਼ ਹੋ ਜਾਂਦੀ ਆ ਅੱਛੀ ਤਰ੍ਹਾਂ। ਅਕਸਰ ਜ਼ਿਆਦਾ ਤੇਜ਼ ਬਾਰਿਸ਼ਾਂ ਹੋਣ ਦੀ ਵਜ੍ਹਾ ਤੋਂ ਮੁਖਤਲਫ ਜਗ੍ਹਾ 'ਤੇ ਦਰਾਰਾਂ ਪੈ ਜਾਂਦੀਆਂ ਨੇ ਲੇਪੇ ਦੇ ਵਿੱਚ, ਉਹਨੂੰ ਫਿਲਫੋਰ ਠੀਕ ਕਰਵਾਉਣਾ ਪੈਂਦਾ ਵਾ। ਉਹਦੇ ਵਾਸਤੇ ਜੇ ਜ਼ਿਆਦਾ ਪੈ ਗਈਆਂ ਹੋਣ ਦਰਾਰਾਂ, ਫਿਰ ਤਾਂ ਲੇਬਰ ਨੂੰ ਸੱਦਣਾ ਪੈਂਦਾ ਵਾ, ਜੇ ਨੋਰਮਲ ਹੋਵੇ ਤਾਂ ਫਿਰ ਲੋਕਲ ਮਜ਼ਦੂਰ ਵਗੈਰਾ ਪਕੜ ਕੇ ਗਾਰਾ ਬਣਵਾ ਕੇ ਉਹ ਦਰਾਰਾਂ ਨੂੰ ਦੁਬਾਰਾ ਫਿਲ ਕਰ ਦਿੰਦੇ ਹਾਂ। ਜੇ ਬਾਰਿਸ਼ ਤੋਂ ਬਾਅਦ ਦਰਾਰਾਂ ਪੈ ਜਾਣ ਅਤੇ ਉਹਦੀ ਰਿਪੇਅਰਿੰਗ ਨਾ ਕੀਤੀ ਜਾਵੇ, ਫਿਰ ਅਗਲੀ ਬਾਰਿਸ਼ਾਂ ਦੇ ਵਿੱਚ ਉਹ ਦਰਾਰਾਂ ਦੇ ਜ਼ਰੀਏ ਵੀ ਪਾਣੀ ਧੜ ਦੇ ਅੰਦਰ ਚਲਾ ਜਾਂਦਾ ਵਾ, ਜਿਹਦੀ ਵਜ੍ਹਾ ਤੋਂ ਧੜ ਨੂੰ ਨੁਕਸਾਨ ਹੁੰਦਾ। ਦੋਸਤੋ ਗੰਦਮ ਦੇ ਭੁੱਸੇ ਨੂੰ ਮਹਿਫੂਜ਼ ਕਰਨ ਦਾ ਮੁਕੰਮਲ ਤਰੀਕਾਕਾਰ ਸਟੈਪ ਬਾਈ ਸਟੈਪ ਤੁਹਾਨੂੰ ਦੱਸਤਾ ਵਾ। ਇਸ ਤੋਂ ਇਲਾਵਾ ਵੀ ਕਾਫੀ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਵਾ ਸਟਾਕ ਲਗਾਉਂਦੇ ਵਕਤ। ਇੱਕ ਤਾਂ ਦੋਸਤੋ ਸਟਾਕ ਲਗਾਉਂਦੇ ਵਕਤ ਇਸ ਚੀਜ਼ ਦਾ ਖਿਆਲ ਰੱਖਣਾ ਵਾ ਕਿ ਜਿਸ ਜਗ੍ਹਾ 'ਤੇ ਸਟਾਕ ਕਰ ਰਹੇ ਹੋ ਤੂੜੀ ਦਾ, ਉਹ ਜਗ੍ਹਾ ਮੁਕੰਮਲ ਖੁਸ਼ਕ ਹੋਵੇ, ਸੇਮ ਵਾਲੀ ਜਗ੍ਹਾ ਨਾ ਹੋਵੇ, ਨਮੀ ਵਾਲੀ ਜਗ੍ਹਾ ਨਾ ਹੋਵੇ। ਦੋਸਤੋ ਜੇ ਸੇਮ ਜਾਂ ਨਮੀ ਵਾਲੀ ਜਗ੍ਹਾ ਦੇ ਉੱਤੇ ਤੁਸੀਂ ਤੂੜੀ ਦਾ ਸਟਾਕ ਲਗਾਓਗੇ, ਉਹਦਾ ਨੁਕਸਾਨ ਇਹ ਹੋਏਗਾ ਕਿ ਸੇਮ ਅਤੇ ਨਮੀ ਤੂੜੀ ਦੇ ਵਿੱਚ ਵੀ ਆ ਜਾਏਗੀ। ਜੇ ਤੂੜੀ ਦੇ ਵਿੱਚ ਨਮੀ ਆ ਜਾਏਗੀ ਤਾਂ ਉਹ ਤੁਹਾਨੂੰ ਮੈਂ ਦੱਸਤਾ ਵਾ ਕਿ ਮਾਲ ਖਰਾਬ ਹੋ ਜਾਂਦਾ ਵਾ, ਅੰਦਰੋਂ ਧਰ ਹੀਟਅਪ ਹੋ ਜਾਂਦੀ ਆ, ਰੰਗ ਬਦਲ ਜਾਂਦਾ ਵਾ ਮਾਲ ਦਾ, ਜਿਹਨੂੰ ਫਿਰ ਬਾਅਦ ਵਿੱਚ ਵੇਚਣਾ ਬਹੁਤ ਮੁਸ਼ਕਲ ਹੋ ਜਾਂਦਾ ਵਾ, ਉਹ ਫਿਰ ਭੱਠਿਆਂ ਵਗੈਰਾ 'ਤੇ ਹੀ ਸਸਤਾ ਵੇਚਣਾ ਪੈਂਦਾ ਵਾ, ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਅਤੇ ਦੂਸਰਾ ਇਸ ਚੀਜ਼ ਦਾ ਵੀ ਖਾਸ ਖਿਆਲ ਰੱਖਣਾ ਵਾ ਕਿ ਜਦੋਂ ਤੁਸੀਂ ਤੂੜੀ ਦੀ ਖਰੀਦਦਾਰੀ ਕਰ ਰਹੇ ਹੁੰਦੇ ਹੋ, ਮਾਲ ਨੂੰ ਤਸੱਲੀ ਦੇ ਨਾਲ ਚੈੱਕ ਕਰਕੇ ਉਤਰਵਾਓ, ਕਿਉਂਕਿ ਅਕਸਰ ਬਾਰਿਸ਼ਾਂ ਤੋਂ ਬਾਅਦ ਜਿਹੜੇ ਮਾਲ ਆਉਂਦੇ ਨੇ ਉਹਨਾਂ ਮਾਲਾਂ ਦੇ ਵਿੱਚ ਵੀ ਨਮੀ ਹੁੰਦੀ ਆ,
ਨਮੀ ਵਾਲੇ ਮਾਲ ਦੋਸਤੋ ਬਿਲਕੁਲ ਵੀ ਸਟਾਕ ਦੇ ਵਿੱਚ ਨਹੀਂ ਲਗਵਾਉਣੇ ਹੈਗੇ, ਇਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਦੇ ਸਕਦੇ ਆ। ਇੱਕ ਤਾਂ ਉਹ ਸੁੱਕਣ ਤੋਂ ਬਾਅਦ ਆਪਣਾ ਵਜ਼ਨ ਵੀ ਘਟਾ ਦਿੰਦੀ ਆ ਤੂੜੀ, ਕਿਉਂਕਿ ਜਦੋਂ ਨਮੀ ਵਾਲੇ ਮਾਲ ਤੁਸੀਂ ਖਰੀਦ ਕਰ ਰਹੇ ਹੁੰਦੇ ਹੋ ਉਦੋਂ ਉਹਦਾ ਵਜ਼ਨ ਨਮੀ ਦਾ ਕਰਕੇ ਜ਼ਿਆਦਾ ਹੋ ਜਾਂਦਾ ਵਾ। ਇੱਕ ਤਾਂ ਵਜ਼ਨ ਦੇ ਵਿੱਚ ਵੀ ਤੁਹਾਨੂੰ ਨੁਕਸਾਨ ਹੋਏਗਾ, ਜਦੋਂ ਸੁੱਕ ਜਾਏਗੀ ਉਹ ਵਜ਼ਨ ਸ਼ਾਰਟ ਹੋ ਜਾਏਗਾ। ਅਤੇ ਦੂਸਰਾ ਦੋਸਤੋ, ਜਦੋਂ ਦਾਬੇ 'ਚ ਮਾਲ ਆ ਜਾਂਦਾ ਵਾ ਅਤੇ ਨਮੀ ਵਾਲਾ ਮਾਲ, ਫਿਰ ਉਦੋਂ ਕਲਰ ਬਦਲ ਲੈਂਦਾ ਵਾ, ਕਿਉਂਕਿ ਦੋਸਤੋ ਅਪ੍ਰੈਲ ਮਈ ਦੇ ਵਿੱਚ ਤੂੜੀ ਦੇ ਸਟਾਕ ਲੱਗ ਰਹੇ ਹੁੰਦੇ ਆ, ਮਈ ਦੇ ਐਂਡ ਤੱਕ ਸਟਾਕ ਕੰਪਲੀਟ ਹੋ ਜਾਂਦੇ ਆ, ਅਤੇ ਫਿਰ ਇਹਨਾਂ ਨੇ ਇਹ ਸਟਾਕਾਂ ਨੇ ਦਸੰਬਰ ਜਨਵਰੀ ਫਰਵਰੀ ਹੋ ਜਾਂਦੀ ਆ ਸੇਲ ਹੁੰਦੇ ਹੁੰਦੇ। ਇੰਨੇ ਅਰਸੇ ਦੇ ਵਿੱਚ ਫਿਰ ਤੂੜੀ ਬਹੁਤ ਜ਼ਿਆਦਾ ਰੰਗ ਬਦਲ ਜਾਂਦੀ ਆ, ਇੰਨੀ ਦੇਰ 'ਚ ਮਾਲ ਖਰਾਬ ਹੋ ਜਾਂਦਾ ਵਾ। ਅਤੇ ਇਹ ਚੀਜ਼ਾਂ ਦਾ ਦੋਸਤੋ ਲਾਜ਼ਮੀ ਖਿਆਲ ਰੱਖੋ, ਮਾਲ ਦੀ ਖਰੀਦਦਾਰੀ ਦੇ ਵਕਤ ਵੀ ਅਤੇ ਮਾਲ ਜਿਸ ਜਗ੍ਹਾ 'ਤੇ ਸਟਾਕ ਕਰਨਾ ਵਾ ਉਸ ਜਗ੍ਹਾ ਦਾ ਵੀ। ਇਸ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਲੜਕਾ ਧਰ ਦੇ ਤੂੜੀ ਉੱਤੇ ਪਾਣੀ ਮਾਰਿਆ ਵਾ, ਇਹ ਦੋਸਤੋ ਇਸ ਵਾਸਤੇ ਮਾਰਿਆ ਜਾਂਦਾ ਵਾ, ਇਹਦੇ ਨਾਲ ਦੋਸਤੋ ਗਾਰਾ ਜਿਹੜਾ ਵਾ ਧਰ ਦੇ ਉੱਤੇ ਅੱਛੀ ਤਰ੍ਹਾਂ ਚਿਪਕ ਜਾਂਦਾ ਵਾ। ਮੈਂ ਕਿਹਾ ਤੁਹਾਨੂੰ ਨਾਲ ਡਿਟੇਲ ਦੱਸ ਦੇਵਾਂ, ਤੁਸੀਂ ਬਸ ਇਹ ਨਾ ਸਮਝੋ ਕਿ ਉੱਦਾਂ ਕਹਿ ਰਿਹਾ ਕਿ ਮਾਲ ਨੂੰ ਨਮੀ ਤੋਂ ਬਚਾਉਣਾ ਵਾ ਅਤੇ ਉੱਤੇ ਖੁਦ ਪਾਣੀ ਮਾਰੀ ਜਾਂਦੇ ਆ। ਇਹ ਸਿਰਫ ਇਸ ਮਕਸਦ ਵਾਸਤੇ ਮਾਰਿਆ ਜਾਂਦਾ ਵਾ ਕਿ ਗਾਰੇ ਦੀ ਪਕੜਾਈ ਜਿਹੜੀ ਆ ਉਹ ਚੰਗੀ ਤਰ੍ਹਾਂ ਹੋ ਜਾਂਦੀ ਆ। ਜੇ ਖੁਸ਼ਕ ਤੂੜੀ ਦੇ ਉੱਤੇ ਗਾਰਾ ਤੁਸੀਂ ਲਗਾਓਗੇ ਉਹਦੀ ਪਕੜ ਮਜ਼ਬੂਤ ਨਹੀਂ ਹੋਏਗੀ। ਇਹ ਜਦੋਂ ਸਿੰਗਲ ਲਿਪਾਈ ਕਰ ਰਹੇ ਹੁੰਦੇ ਆ ਇਹ ਸਿਰਫ ਪਾਣੀ ਉਦੋਂ ਹੀ ਲਗਾਇਆ ਜਾਂਦਾ ਵਾ, ਡਬਲ ਲੇਪਾ ਜਦੋਂ ਸਟਾਰਟ ਕਰਦੇ ਹਾਂ ਉਹਦੇ ਉੱਤੇ ਪਾਣੀ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਉਹ ਮਿੱਟੀ ਦੇ ਉੱਤੇ ਹੀ ਤੁਸੀਂ ਡਬਲ ਲੇਪਾ ਕਰਨਾ ਹੁੰਦਾ ਵਾ। ਉਹ ਮਿੱਟੀ ਦੇ ਉੱਤੇ ਜਦੋਂ ਗਿੱਲੀ ਮਿੱਟੀ ਜਾਂ ਗਿੱਲਾ ਗਾਰਾ ਤੁਸੀਂ ਲਗਾਓਗੇ ਉਹਦੀ ਪਕੜ ਖੁਦ ਹੀ ਹੋ ਜਾਂਦੀ ਆ। ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਡਿਟੇਲ ਦੇ ਨਾਲ ਹਰ ਚੀਜ਼ ਕੀਤਾ ਜਾਂਦਾ ਵਾ। ਦੋਸਤੋ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈੱਲ ਆਈਕੋਨ ਨੂੰ ਪ੍ਰੈਸ ਕਰਿਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਨੂੰ ਬਆਸਾਨੀ ਮਿਲ ਸਕੇ। ਸ਼ੁਕਰੀਆ।